रमनदीप ने इन्हां दा असी कैनेडा दा स्टडी वीजा लिया है। रमन, सब तो पहले मैं पूछना चाहना था तुहाडा प्रोफाइल की है। सर मैं 2016 ਵਿੱਚ ਐਮਕਮ ਕੰਪਲੀਟ ਕੀਤੀ ਸੀ ਤੇ ਉਸ ਤੋਂ ਬਾਅਦ ਮੇਰਾ 3 ਸਾਲ ਦਾ ਗੈਪ ਸੀ। ਉਸ ਤੋਂ ਬਾਅਦ 2019 ਵਿੱਚ ਮੈਂ ਬੀਐਡ ਸਟਾਰਟ ਕੀਤੀ ਹੈ। 2021 ਵਿੱਚ ਮੇਰੀ ਉਹ ਕੰਪਲੀਟ ਹੋਈ ਹੈ। ਆਫਟਰ ਦੈਟ ਮੈਂ ਆਈਲਟਸ ਸਟਿਲ ਕੰਟੀਨਿਊ ਕੀਤੀ ਹੈ। ਉਹਦੇ ਵਿੱਚ ਮੇਰੇ 6.5 ਬੈਂਡਸ ਸੀ ਓਵਰ ਨੋਟ ਲੈਸ ਦੈਨ 16 ਵਿੱਚ ਮੇਰੀ। ਓਕੇ, ਔਰ ਤੁਹਾਨੂੰ ਬੈਲਜ਼ੋਰਸ ਇਸ ਬਾਰੇ ਕਿੰਨਾ ਪਤਾ ਲੱਗਾ ਸੀ? ਸਰ ਤੁਹਾਨੂੰ ਪਤਾ ਹੀ ਹੋਣਾ ਕਿ ਮੇਰਾ ਪੇਰੈਂਟਸ ਦਾ ਜਿਹੜਾ ਵੀਜ਼ਾ ਤੁਸੀਂ ਲਗਵਾਇਆ ਸੀ ਤੇ ਉਸ ਤੋਂ ਬਾਅਦ ਮੈਂ ਆਪਣਾ ਵੀਜ਼ਾ ਵੀ ਤੁਹਾਡੇ ਤੇ ਲਗਵਾਉਣਾ ਸੀ। ਠੀਕ ਹੈ ਜੀ। ਤੇ ਇਹ ਦੇਖੋ ਕਿ ਇਹਨਾਂ ਦਾ 16 ਦੀ ਇਹਨਾਂ ਨੇ ਐਮਕਮ ਕੀਤੀ ਹੋਈ, ਯਾਨੀ ਕਿ ਮਾਸਟਰਸ ਕੀਤੀ, ਜਦਕਿ ਤੁਹਾਨੂੰ ਪਤਾ ਕੈਨੇਡਾ ਦੇ ਵਿੱਚ ਮਾਸਟਰਸ ਤੋਂ ਬਾਅਦ ਵੀਜ਼ਾ ਲੈਣਾ ਔਖਾ। ਉਸ ਤੋਂ ਬਾਅਦ ਫਿਰ ਇਹਨਾਂ ਦਾ ਗੈਪ ਸੀ 16 to 19, 19 to 21 ਤੋਂ ਬਾਅਦ ਫਿਰ ਗੈਪ 2 ਸਾਲ ਦਾ। ਲੇਕਿਨ ਸਾਨੂੰ ਇਹ ਪਤਾ ਹੁੰਦਾ ਕਿ ਅਸੀਂ ਇਸ ਪ੍ਰੋਫਾਈਲ ਨੂੰ ਕਿਹੜੀ ਜਗ੍ਹਾ ਪਾਉਣਾ ਅਤੇ ਕਿਹੜਾ ਕੋਰਸ ਲੈ ਕੇ ਦੇਣਾ ਤਾਂ ਕਿ ਇਹਨਾਂ ਦਾ ਵੀਜ਼ਾ ਨਿਕਲ ਜਾਏ, ਕਿਉਂਕਿ ਇਹਨਾਂ ਦੀ ਇੱਕ ਵਿਜ਼ਟਰ ਵੀਜ਼ਾ ਦੀ ਰਿਫਿਊਜ਼ਲ ਵੀ ਹੈਗੀ ਸੀ। ਉਹਦੇ ਕਰਕੇ ਥੋੜ੍ਹਾ ਜਿਹਾ ਜਿਹੜਾ ਪ੍ਰੋਫਾਈਲ ਸੀ ਹੋਰ ਵੀ ਟਫ ਹੋ ਗਿਆ। ਅਤੇ ਫਿਰ ਅਸੀਂ ਇਹਨਾਂ ਨੂੰ ਸੁਜੈਸਟ ਕੀਤਾ, ਇਹਨਾਂ ਨੇ ਸਾਡੇ ਸੁਜੈਸ਼ਨ ਨੂੰ ਅਪਰੂਵ ਵੀ ਕੀਤਾ ਕਿ ਠੀਕ ਹੈ ਸਰ, ਜਿੱਥੇ ਤੁਹਾਨੂੰ ਠੀਕ ਲੱਗਦਾ ਉੱਥੇ ਕਰਵਾ ਦਿਓ ਅਪਲਾਈ। ਫਿਰ ਅਸੀਂ ਇਹਨਾਂ ਨੂੰ ਅਪਲਾਈ ਕਰਵਾਇਆ ਅਤੇ ਅੱਜ ਇਹਨਾਂ ਦਾ ਵੀਜ਼ਾ ਕੈਨੇਡਾ ਦਾ ਆ ਗਿਆ। ਕਿਉਂਕਿ ਸਾਡਾ ਇਹ ਮੰਨਣਾ ਹੁੰਦਾ ਕਿ ਜਿਹੜਾ ਵੀ ਸਾਡੇ ਕੋਲ ਆਉਂਦਾ ਕੇਸ, ਉਹ ਸਾਡੇ ਲਈ ਕੇਸ ਜਾਂ ਇੱਕ ਪ੍ਰੋਫਾਈਲ ਨਹੀਂ ਹੈ। ਸਾਨੂੰ ਪਤਾ ਕਿ ਇਹਨਾਂ ਦੇ ਸੁਪਨੇ, ਇਹਨਾਂ ਦੇ ਪਰਿਵਾਰ ਦੇ ਸੁਪਨੇ, ਇਹਨਾਂ ਦਾ ਕਰੀਅਰ ਫਿਊਚਰ, ਸਭ ਕੁਝ ਉੱਥੇ ਡਿਪੈਂਡ ਕਰਦਾ। ਅਤੇ ਅਸੀਂ ਆਪਣਾ ਪੂਰਾ ਹਾਰਡਵਰਕ ਲਗਾਉਂਦੇ ਹਾਂ ਫਾਈਲ ਦੇ ਉੱਤੇ, ਔਰ ਜਿਹੜੀਆਂ ਵੀ ਲੇਟੈਸਟ ਚੇਂਜਿਸ ਸਾਰੀਆਂ ਅਸੀਂ ਉਹਦੇ ਨਾਲ ਇੰਪਲੀਕੇਟ ਕਰਦੇ ਹਾਂ। ਜਿਹੜੀਆਂ ਹੁਣ ਕੈਨੇਡਾ ਦੇ ਵਿੱਚ ਰੀਸੈਂਟ ਚੇਂਜਿਸ ਆ ਰਹੀਆਂ, ਉਹਨਾਂ ਨੂੰ ਦੇਖਦੇ ਹੋਏ ਹੀ ਫਾਈਲ ਅਸੀਂ ਲਗਾਉਂਦੇ ਹਾਂ। ਫਾਈਲਿੰਗ ਸਿਸਟਮ ਵੀ ਸਾਡਾ ਸਟਰੋਂਗ ਹੈ, 3 ਟਾਇਰ ਅਸੀਂ ਸਿਸਟਮ ਰੱਖਿਆ ਹੋਇਆ। 3 ਵਾਰੀ ਫਾਈਲ ਚੈੱਕ ਹੁੰਦੀ, ਸਾਡੇ ਫਾਈਲਿੰਗ ਆਫਿਸਰ ਵੀ ਸਾਡੇ ਮੈਨੇਜਰ, SOP ਦੀ ਹਰ ਲਾਈਨ ਖੁਦ, ਮੈਂ ਇੱਕ ਇੱਕ ਲਾਈਨ ਖੁਦ ਚੈੱਕ ਕਰਕੇ ਫਿਰ ਲਗਾਉਂਦੇ ਹਾਂ, ਆਪਾਂ ਫਾਈਲ ਲੌਂਚ ਕਰਦੇ ਹਾਂ। ਅਤੇ ਮੈਂ ਅਸੀਂ ਆਪਣਾ 100% ਦੇਈਦਾ ਫਾਈਲ। ਉਹਦਾ ਨਤੀਜਾ ਵੀ ਹੁੰਦਾ ਕਿ ਅੱਜ ਅਗਰ ਅਸੀਂ ਕੈਨੇਡਾ ਦੀ ਗੱਲ ਕਰੀਏ ਤਾਂ ਸਾਡੇ ਜਿਹੜੀ ਵੀਜ਼ਾ ਸਕਸੈਸ ਹੈ ਆਲਮੋਸਟ 98% ਹੈ, ਇੰਨੀ ਰਿਫਿਊਜ਼ਲਸ ਆਉਣ ਤੋਂ ਬਾਅਦ ਵੀ, ਕਿਉਂਕਿ ਕੈਨੇਡਾ ਤੁਹਾਨੂੰ ਪਤਾ ਕਿ ਪਿੱਛੇ 50% ਰਿਫਿਊਜ਼ਲ ਵੀ ਰਹੀ ਹੈ ਜੂਨ, ਜੁਲਾਈ, ਅਗਸਤ ਮਹੀਨੇ ਦੇ ਵਿੱਚ। ਅਤੇ ਫਿਰ ਵੀ ਸਾਡੀ ਜਿਹੜੀ ਵੀਜ਼ਾ ਸਕਸੈਸ ਹੈ ਅੱਜ ਦੀ ਡੇਟ 'ਚ 98% ਹੈਗੀ ਹੈ। ਮੈਂ ਫਿਰ ਇੱਕ ਵਾਰੀ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਜੇ ਤੁਹਾਡਾ ਕੈਨੇਡਾ ਦਾ ਵੀਜ਼ਾ। ਇਹ ਤੁਹਾਨੂੰ ਪੁੱਛਣਾ ਚਾਹੁੰਦਾ, ਬੈਲਜ਼ ਆਫ ਸਰਵਿਸਿਜ਼ ਦੀ ਸਰਵਿਸਿਜ਼ ਕਿੱਦਾਂ ਲੱਗੀਆਂ? ਹਾਂਜੀ, ਸਾਨੂੰ ਬਹੁਤ ਵਧੀਆ ਲੱਗੀਆਂ ਨੇ ਤੁਹਾਡੇ ਦੇ ਸਿਕਰ ਸਾਹਿਬ ਕੋਲ ਆਏ ਸੀ। ਹਾਂਜੀ, ਚਲੋ। ਤੁਹਾਨੂੰ ਕੋਈ ਪ੍ਰੋਸੈਸ ਦੇ ਦੌਰਾਨ ਕੋਈ ਪ੍ਰੋਬਲਮ ਤਾਂ ਨਹੀਂ ਆਈ? ਨਹੀਂ ਸਰ, ਮੈਨੂੰ ਪ੍ਰੋਸੈਸ ਦੇ ਨਾਲ ਕੋਈ ਪ੍ਰੋਬਲਮ ਨਹੀਂ ਹੈ, ਕਿਉਂਕਿ ਸਟਾਫ ਜਿਹੜਾ ਇੱਥੇ ਦਾ ਬਹੁਤ ਜ਼ਿਆਦਾ ਕੋਆਪਰੇਟਿਵ ਹੈ, ਬਹੁਤ ਫਰੈਂਡਲੀ ਹੈ। ਥੈਂਕ ਯੂ ਸੋ ਮਚ ਜੀ।